ਭਾਰਤੀ ਫੌਜ ਨੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਖਾਸ ਕਰਕੇ ਸ਼ਿਮਲਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ 'ਚ ਤੇਜ਼ੀ ਲਿਆਂਦੀ ਹੈ ਸ਼ਿਮਲਾ ਦੇ ਸਮੇਜ ਪਿੰਡ ਵਿੱਚ ਫੌਜ ਦੀਆਂ ਤਿੰਨ ਕੰਪਨੀਆਂ ਇੱਕ ਇੰਜੀਨੀਅਰ ਟਾਸਕ ਫੋਰਸ ਅਤੇ ਇੱਕ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਟੀਮ ਨੇ ਸੜਕਾਂ ਦੀ ਆਰਜ਼ੀ ਮੁਰੰਮਤ ਕਰਦਿਆਂ ਫੌਰੀ ਫੁੱਟ ਬ੍ਰਿਜ ਬਣਾਇਆ ਅਤੇ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਮੰਡੀ ਦੇ ਬਾਰੋਟ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ 'ਚ 10 ਲੋਕਾਂ ਦੇ ਲਾਪਤਾ ਹੋਣ ਤੋਂ ਬਾਅਦ ਐਸਟੀਆਰਐਫ ਵੱਲੋਂ ਸਥਿਤੀ ਸੰਭਾਲੀ ਜਾ ਰਹੀ ਹੈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਵੀ ਉਪਲਬਧ ਕਰਵਾਈਆਂ ਗਈਆਂ ਨੇ